ਅੰਮ੍ਰਿਤਪਾਲ ਦੀ ਪਟੀਸ਼ਨ ਤੇ ਹਾਈ ਕੋਰਟ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ। ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ। 28 ਅਗਸਤ ਨੂੰ ਹੋਵੇਗੀ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ। ਸੋ ਅੰਮ੍ਰਿਤਪਾਲ ਨੇ NSA ਨੂੰ ਦਿੱਤੀ ਹੈ ਚੁਣੌਤੀ। ਦੱਸਦੇ ਕਿ NSA ਜਿਹੜਾ ਕਿ 1 ਸਾਲ ਦੇ ਲਈ ਅੰਮ੍ਰਿਤਪਾਲ ਦੇ ਹੋਰ ਵਧਾ ਦਿੱਤਾ ਗਿਆ ਸੀ ਕੇਂਦਰ ਸਰਕਾਰ ਤੋਂ ਦੇ ਵੱਲੋਂ, ਜਿੱਥੇ ਕਿ ਹੁਣ ਉਸ ਮਾਮਲੇ ਦੇ ਵਿੱਚ ਜਿਹੜੀ ਕਿ ਸੁਣਵਾਈ ਹੋਵੇਗੀ 28 ਅਗਸਤ ਨੂੰ ਹੋਵੇਗੀ। ਹਾਈ ਕੋਰਟ ਦੇ ਵੱਲੋਂ ਜਿਹੜਾ ਕਿ ਨੋਟਿਸ ਜਾਰੀ ਕਰ ਦਿੱਤਾ ਗਿਆ। ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਕਿ ਹੁਣ 28 ਅਗਸਤ ਨੂੰ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ। ਅੰਮ੍ਰਿਤਪਾਲ ਦੀ ਪਟੀਸ਼ਨ ਤੇ ਹਾਈ ਕੋਰਟ ਦੇ ਵੱਲੋਂ ਨੋਟਿਸ ਜਾਰੀ। ਦੱਸਦੇ ਕਿ ਅੰਮ੍ਰਿਤਪਾਲ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ, NSA ਨੂੰ ਚੈਲੰਜ ਕੀਤਾ ਗਿਆ ਸੀ। ਅੰਮ੍ਰਿਤਪਾਲ ਜੋ ਕਿ ਖਜੂਰ ਸਾਹਿਬ ਤੋਂ ਆਜ਼ਾਦ ਚੋਣ ਲੜੇ ਸੀ, MP ਬਣੇ ਨੇ, ਪਰ ਜਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹਜੇ ਬੰਦ ਨੇ। ਉਹਨਾਂ ਤੇ NSA ਲੱਗਾ ਹੋਇਆ ਤੇ NSA 1 ਸਾਲ ਦੇ ਲਈ ਹੋਰ ਵਧਾ ਦਿੱਤਾ ਗਿਆ ਸੀ। ਸੋ ਇਸੇ ਨੂੰ ਚੁਣੌਤੀ ਦਿੱਤੀ ਸੀ ਅੰਮ੍ਰਿਤਪਾਲ ਸਿੰਘ ਦੇ ਵੱਲੋਂ, ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਹਾਈ ਕੋਰਟ ਦੇ ਵੱਲੋਂ ਹੁਣ ਨੋਟਿਸ ਜਾਰੀ ਕੀਤਾ ਗਿਆ। ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਹ ਨੋਟਿਸ ਜਾਰੀ ਹੋਇਆ ਤੇ 28 ਅਗਸਤ ਨੂੰ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ। ਇਸ ਵੇਲੇ ਦੀ ਬ੍ਰੇਕਿੰਗ, ਅੰਮ੍ਰਿਤਪਾਲ ਦੀ ਪਟੀਸ਼ਨ ਤੇ ਹਾਈ ਕੋਰਟ ਦੇ ਵੱਲੋਂ ਨੋਟਿਸ ਜਾਰੀ ਹੋਇਆ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ। ਅੰਮ੍ਰਿਤਪਾਲ ਸਿੰਘ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ, NSA ਨੂੰ ਜਿਹੜਾ ਕਿ ਚੈਲੰਜ ਕੀਤਾ ਗਿਆ ਸੀ, ਜੋ ਕਿ 1 ਸਾਲ ਦੇ ਲਈ ਹੋਰ ਵਧਾ ਦਿੱਤਾ ਗਿਆ। ਅੰਮ੍ਰਿਤਪਾਲ ਨੇ NSA ਨੂੰ ਦਿੱਤੀ ਹੈ ਚੁਣੌਤੀ। ਹੁਣ ਉਸਦੀ ਸੁਣਵਾਈ ਉਸ ਮਾਮਲੇ ਦੇ ਵਿੱਚ 28 ਅਗਸਤ ਨੂੰ ਸੁਣਵਾਈ ਹੋਵੇਗੀ। ਹਾਈ ਕੋਰਟ ਦੇ ਵੱਲੋਂ ਜਿਹੜਾ ਕਿ ਪਟੀਸ਼ਨ ਪਾਈ ਗਈ ਹੈ, ਉਸ ਤੇ ਇਹ ਨੋਟਿਸ ਜਾਰੀ ਕੀਤਾ ਹੈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ। ਕੁਲਵੀਰ ਦੀਵਾਨ ਸਾਡੇ ਨਾਲ ਜੁੜ ਚੁੱਕੇ ਨੇ ਵਧੇਰੇ ਜਾਣਕਾਰੀ ਦੇ ਲਈ। ਸੋ ਕੁਲਵੀਰ, 28 ਅਗਸਤ ਨੂੰ ਇਸ ਮਾਮਲੇ ਦੀ ਸੁਣਵਾਈ ਹੋਵੇਗੀ, ਹਾਲਾਂਕਿ ਜਿਹੜਾ ਕਿ NSA ਵਧਾ ਦਿੱਤਾ ਸੀ 1 ਸਾਲ ਦੇ ਲਈ, ਹੋਰ ਕਾਫੀ ਵਿਰੋਧ ਕੀਤਾ ਗਿਆ ਸੀ ਉਹਨਾਂ ਦੇ ਸਮਰਥਕਾਂ ਦੇ ਵੱਲੋਂ। ਜੀ ਕੁਲਵੀਰ। ਜੀ ਬਿਲਕੁਲ, ਅੰਮ੍ਰਿਤਪਾਲ ਨੇ ਇਸ NSA ਦੀ ਜਿਹੜੀ ਟਾਈਮ ਹੈ ਉਸ ਜਿਹੜਾ ਵਧਾਇਆ ਸੀ ਤੇ NSA ਦੇ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਸੀ ਤੇ ਉਸ ਉਹਨਾਂ ਦੀ ਉਸ ਯਾਚਿਕਾ ਦੇ ਉੱਤੇ ਸੁਣਵਾਈ ਹੋਈ ਹੈ, ਜਿਸ ਦੇ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਜਵਾਬ ਜਿਹੜਾ ਹੈਗਾ ਹਾਈਕੋਰਟ ਨੇ ਮੰਗਿਆ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੈਗੀ 28 ਅਗਸਤ ਨੂੰ ਤੈਅ ਕੀਤੀ ਹੈ। ਹਾਲਾਂਕਿ ਜਿਹੜੇ ਕਿ ਉਹਨਾਂ ਦੇ ਸਮਰਥਕ ਸੀ ਉਹਨਾਂ ਦੇ ਵੱਲੋਂ ਕਾਫੀ ਵਿਰੋਧ ਵੀ ਕੀਤਾ ਗਿਆ ਸੀ, ਕਿਉਂਕਿ ਹੁਣ ਉਹ MP ਬਣ ਚੁੱਕੇ ਨੇ, ਖਡੂਰ ਸਾਹਿਬ ਤੋਂ MP ਨੇ। ਸੋ ਕੀ ਲੱਗਦਾ ਕਿ ਸੁਣਵਾਈ ਦੇ ਵਿੱਚ ਕੀ ਹੋ ਸਕਦਾ, ਕਿਹੜੇ ਜਿਹੜੇ ਕਿ ਤੱਥ ਪੇਸ਼ ਕੀਤੇ ਜਾਣਗੇ, ਕਿਹੜੀਆਂ ਦਲੀਲਾਂ ਹੋ ਸਕਦੀਆਂ ਨੇ ਕਿ ਜਿਹੜਾ ਕਿ ਹਾਈਕੋਰਟ ਵੱਲੋਂ ਸੁਣਵਾਈ ਹੋਵੇ ਉਹਨਾਂ ਦੇ ਪੱਖ ਦੇ ਵਿੱਚ? ਦੇਖੋ, ਕਿਉਂਕਿ ਜਿਸ ਤਰ੍ਹਾਂ ਦੇ ਨਾਲ NSA ਨੂੰ ਉਹਨਾਂ ਨੇ ਚੁਣੌਤੀ ਜਿਹੜੀ ਹੈਗੀ ਉਹ ਦਿੱਤੀ ਸੀ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜਿਹੜੀ ਹੈਗੀ ਆਪਣਾ ਪੱਖ ਰੱਖਦੇ ਹੋਏ ਇਹ ਜਵਾਬ ਫਾਇਲ ਕਰ ਸਕਦੀਆਂ ਨੇ ਕਿ NSA ਉਹਨਾਂ ਦੇ ਖਿਲਾਫ਼ ਕਿਉਂ ਲੱਗਿਆ ਹੈ ਤੇ ਉਸ ਦੀ ਜਿਹੜੀ ਅਵਧੀ ਹੈ ਜਿਹੜਾ ਉਸਦੇ ਟਾਈਮ ਦਾ ਦੇ ਵਿੱਚ ਵਾਧਾ ਕੀਤਾ ਗਿਆ ਉਹ ਕਿਉਂ ਕੀਤਾ ਗਿਆ, ਤਾਂ ਇਹ ਜਵਾਬ ਜਿਹੜੇ ਹੈਗੇ ਨੇ ਉਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਾਲ ਸਰਕਾਰ ਜਿਹੜੀ ਹੈਗੀ ਆ ਉਹ ਹਾਈਕੋਰਟ ਦੇ ਵਿੱਚ ਦੇ ਸਕਦੀ ਹੈ ਤੇ ਉਸ ਤੋਂ ਬਾਅਦ ਹੀ ਅੱਗੇ ਜਿਹੜਾ ਹੈਗਾ ਹਾਈਕੋਰਟ ਕਾਨੂੰਨੀ ਤੌਰ ਤੇ ਅੱਗੇ ਕੀ ਅੰਮ੍ਰਿਤਪਾਲ ਨੂੰ ਕੋਈ ਰਾਹਤ ਮਿਲੇਗੀ ਜਾਂ ਨਹੀਂ ਮਿਲੇਗੀ ਇਹ ਡਿਪੈਂਡ ਕਰੇਗਾ ਕਿ ਕਿਸ ਤਰ੍ਹਾਂ ਦੇ ਨਾਲ ਦਲੀਲਾਂ ਜਿਹੜੀਆਂ ਹੈਗੀਆਂ ਉਹ ਸਰਕਾਰਾਂ ਅਤੇ ਅੰਮ੍ਰਿਤਪਾਲ ਦੇ ਵਕੀਲਾਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਨੇ। ਜੀ ਬਿਲਕੁਲ, 28 ਅਗਸਤ ਨੂੰ ਸਾਫ਼ ਹੋ ਜਾਵੇਗਾ ਕੀ ਸੁਣਵਾਈ ਹੁੰਦੀ ਹਾਈਕੋਰਟ ਦੇ ਵੱਲੋਂ। ਜੀ ਕੁਲਵੀਰ, ਬਹੁਤ ਬਹੁਤ ਧੰਨਵਾਦ ਤੁਹਾਡਾ ਤਮਾਮ ਜਾਣਕਾਰੀ ਦੇ ਲਈ।